ਜਾਂ ਸਿੱਧੂ ਮੂਸੇਵਾਲੇ ਦੇ ਨਾਲ ਕੰਟਰੋਵਰਸੀ ਕਰਨ ਦੀ ਸਲਾਹ ਕਿਹਦੀ ਸੀ, ਤੁਹਾਡੀ ਆਪਣੀ ਸੀ ਜਾਂ ਕਿਸੇ ਨੇ ਦਿੱਤੀ? ਜਦੋਂ ਤੁਸੀਂ ਹਿੱਟ ਸੀਗੇ ਸੋਨੀ ਮਾਨ ਨਾਲ ਬੜੀਆਂ ਵੀਡੀਓ ਆਉਂਦੀਆਂ ਸੀ ਤੁਹਾਡੀਆਂ, ਬੜੀਆਂ ਰੀਲਾਂ ਚੱਲਦੀਆਂ ਸੀ, ਟਿਕਟੌਕ 'ਤੇ ਵੀ ਬੜਾ ਮਤਲਬ ਵਾਇਰਲ ਹੁੰਦੇ ਸੀ। ਹੁਣ ਜਦੋਂ ਤੁਹਾਡੀਆਂ ਇਹ ਤੁਸੀਂ ਉਸ ਦਿਨ ਕਵਾੜ ਦੀ ਵੀਡੀਓ ਆਈ ਸੀ ਤੁਹਾਡੀ, ਇਸ ਤਰ੍ਹਾਂ ਦੀਆਂ ਵੀਡੀਓ ਸੋਨੀ ਮਾਨ ਨੂੰ ਨੇ ਦੇਖੀਆਂ ਨਹੀਂ ਜਾਂ ਦੇਖ ਕੇ ਇਗਨੋਰ ਕੀਤਾ, ਜਾਂ ਫਿਰ ਸੋਨੀ ਮਾਨ ਦਾ ਕੋਈ ਫੋਨ ਆਇਆ ਤੁਹਾਡੇ ਕੋਲ? ਸਤਿ ਸ਼੍ਰੀ ਅਕਾਲ ਦੋਸਤੋ, ਵਿਵਾਕ ਕਲਮ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡਾ ਆਪਣਾ ਹੰਟਰ। ਦੋਸਤੋ, ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਮੁੱਖ ਮੰਤਰੀ ਜਿੱਥੋਂ ਉੱਠਿਆ ਸੀ ਅੱਜ ਇੱਕ ਵਾਰ ਫਿਰ ਉੱਥੇ ਨਜ਼ਰ ਆ ਰਿਹਾ। ਹਾਂਜੀ ਦੋਸਤੋ, ਅੱਜ ਤੋਂ 3-4 ਸਾਲ ਪਹਿਲਾਂ ਜਦੋਂ ਟਿਕਟੌਕ ਤੋਂ ਉੱਠਿਆ ਸੀ ਮੁੱਖ ਮੰਤਰੀ ਧਮਕਵੇ, ਸਭ ਨੂੰ ਪਤਾ ਹੀ ਹੈ। ਉਸ ਤੋਂ ਬਾਅਦ ਕੁਝ ਗਰੀਬੀ ਦੇ ਵਿੱਚੋਂ ਉੱਠਣ ਦੇ ਕਾਰਨ ਅਤੇ ਕੁਝ ਉਸਦੇ ਸਿੱਧੇ ਸਾਦੇ ਜਿਹੇ ਸੁਭਾਅ ਨੇ ਲੋਕਾਂ ਨੂੰ ਉਸਦਾ ਫੈਨ ਬਣਾਤਾ ਸੀਗਾ, ਕਾਫੀ ਜ਼ਿਆਦਾ ਹਮਦਰਦੀ ਮਿਲੀ ਸੀ, ਪਿਆਰ ਮਿਲਿਆ ਸੀ, ਸੋਸ਼ਲ ਮੀਡੀਆ ਦੇ ਉੱਤੇ ਬੜਾ ਉੱਭਰ ਕੇ ਆਇਆ ਸੀ। ਪਰ ਅਚਾਨਕ ਹੀ ਮਤਲਬ ਕੁਝ ਕੁ ਗੱਲਾਂ ਹੋਈਆਂ ਜਿਸ ਦੇ ਕਾਰਨ ਮੁੱਖ ਮੰਤਰੀ ਦਾ ਜਿਹੜਾ ਗ੍ਰਾਫ ਫਿਰ ਤੋਂ ਇੱਕ ਵਾਰੀ ਉਸਦੀ ਜਿਹੜੀ ਟੀਮ ਲਾ ਲਓ ਚਾਹੇ ਕੁਝ ਵੀ ਲਾ ਲਓ, ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਆਪਦੇ ਵਾਪਸ ਜਿਹੜਾ ਪਿੰਡ ਪਹੁੰਚ ਚੁੱਕਿਆ। ਸੋ ਗੱਲਬਾਤ ਕਰਨਾ ਹੈ, ਸਵਾਗਤ ਕਰ ਲੈਂਦੇ ਹਾਂ ਮੰਤਰੀ ਸਾਹਿਬ, ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਸਵਾਗਤ ਆਪਣਾ ਵਿਭਾਗ ਕਲਮ ਵਾਲੇ ਭਾਜੀ ਦਾ। ਹਾਂਜੀ, ਤੇ ਨਾਲ ਸਾਡੇ ਸੰਘਾ ਜੀ ਨੇ, ਕਿੱਦਣ ਕਹੋ ਕਿੱਦਣ ਕਹੋ ਸੰਘਾ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਬਹੁਤ ਵਧੀਆ। ਕਿੱਦਣ ਕਹੋ ਕਿੱਦਣ ਕਹੋ ਮੁੱਖ ਮੰਤਰੀ ਸਾਹਿਬ ਖੜਾ ਆ ਹੁਣੇ, ਜਰਾ ਕਿੱਦਣ ਕਹੋ ਕਿੱਦਣ ਕਹੋ ਕਰਾ ਦੇਣੀ ਹੈ ਜੀ। ਹੈ ਕੀ ਭਾਣਾ ਵਰਤ ਗਿਆ ਮੁੱਖ ਮੰਤਰੀ ਸਾਹਿਬ ਨਾ? ਹਾਂ, ਦੇਖੋ ਪਤਾ ਗੱਲ ਕੀ ਹੈ, ਕਈ ਬੰਦੇ ਹੁੰਦੇ ਆ ਕਈਆਂ ਦਾ ਹੁੰਦਾ ਵਰਤ ਕੇ ਸੜ ਦੇਣਾ। ਜੀ ਜੀ, ਠੀਕ ਹੈ ਨਾ, ਇਹੋ ਜਿਹਾ ਕੰਮ ਕਰਨਾ ਨਹੀਂ ਚਾਹੀਦਾ ਜੀ। ਤੁਰੇ ਆ ਤੇ ਵੀ ਉਹਦੇ ਨਾਲ ਲੰਮਾ ਸਾਥ ਦੇਣਾ ਚਾਹੀਦਾ, ਠੀਕ ਹੈ ਨਾ, ਮਰਦਿਆਂ ਤੇ ਚੱਲਣਾ ਚਾਹੀਦਾ। ਪੁਰਾਣੇ ਲੋਕ ਕਹਿੰਦੇ ਹੁੰਦੇ ਸੀ ਕੋਈ ਬੰਦਾ ਕੰਮ ਕਰਦਾ ਨਾ ਇੱਕ ਪੀੜ੍ਹੀ ਉਹਦੀ ਸਾਥ ਦਿਓ, ਠੀਕ ਹੈ ਨਾ, ਇੱਕ ਪੀੜ੍ਹੀ ਸਾਥ ਦੇਣਾ ਚਾਹੀਦਾ। ਜੀ ਜੀ, ਚਲੋ ਮਾਨੀ ਮੁੱਖ ਮੰਤਰੀ ਸਾਹਿਬ ਦੇ ਰਲ ਖੜੇ ਆ, ਮੁੱਖ ਮੰਤਰੀ ਸਾਹਿਬ ਦਾ ਸਾਥ ਦੇਵਾਂਗੇ, ਠੀਕ ਹੈ, ਡਟੇ ਆ ਪੂਰੇ ਕਿਰੇ, ਧਰਨਾ ਲਾਉਣਾ ਪਾਵਾ ਤੇ ਮੁੱਖ ਮੰਤਰੀ ਖਾਤਰ ਧਰਨਾ ਲਾਵਾਂਗੇ, ਰਾਹ ਬੰਦ ਕਰ ਦਾਂਗੇ, ਠੀਕ ਹੈ ਨਾ। ਦੋਸਤੋ, ਆਪਾਂ ਇੱਕ ਨਾ ਥੋੜ੍ਹੀ ਜਿਹੀ ਉੱਥੋਂ ਲੈਂਦੇ ਹਾਂ, ਕਿਉਂਕਿ ਜਦੋਂ ਮੁੱਖ ਮੰਤਰੀ ਸਾਹਿਬ ਦਾ ਡੈਵਲ ਗਾਣਾ ਆਉਣਾ ਸੀਗਾ ਤਾਂ ਸਭ ਤੋਂ ਜ਼ਿਆਦਾ ਅਟੈਂਸ਼ਨ ਸੀ ਲੋਕਾਂ ਦੀ, ਉਸ ਟਾਈਮ 'ਚ ਵੱਡੇ ਵੱਡੇ ਗਾਣੇ ਵੀ ਲੋਕਾਂ ਦੇ ਖਰਾਬ ਹੋਏ ਸੀ, ਪਿਟੇ ਸੀਗੇ, ਕਾਰਨ ਕਿਉਂਕਿ ਮੁੱਖ ਮੰਤਰੀ ਦਾ ਡੈਵਲ ਗਾਣਾ ਆਉਣਾ ਸੀਗਾ, ਬੜੀ ਲੋਕਾਂ ਨੂੰ ਵੇਟ ਸੀ ਉਸ ਗਾਣੇ ਦੀ, ਉਸ ਦਾ ਗ੍ਰਾਫ ਅਪ ਸੀਗਾ, ਉਸ ਟਾਈਮ 'ਚ ਕੋਈ ਵੀ ਕਲਾਕਾਰ ਗਾਣਾ ਕੱਢ ਰਿਹਾ ਸੀ ਉਹਦਾ ਚੱਲ ਨਹੀਂ ਰਿਹਾ ਸੀਗਾ ਕਿਉਂਕਿ ਡੈਵਲ ਗਾਣਾ ਆਉਣਾ ਸੀਗਾ। ਪਰ ਡੈਵਲ ਗਾਣੇ ਤੋਂ ਬਾਅਦ ਜਸਟ ਨਾਲ ਦੀ ਨਾਲ ਇਹ ਮੁੱਖ ਮੰਤਰੀ ਲੋਕਾਂ ਦੀ ਨਫ਼ਰਤ ਦਾ ਕਾਰਨ ਵੀ ਬਣਿਆ ਸੀ, ਕਿਉਂਕਿ ਉਸ ਟਾਈਮ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਫੈਨ ਫੋਲੋਇੰਗ ਬਹੁਤ ਵੱਡੀ ਸੀ ਅਤੇ ਡੈਵਲ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਖਿਲਾਫ਼ ਜਿਹੜਾ ਰੈਪ ਬੋਲਿਆ ਗਿਆ ਸੀਗਾ। ਗੱਲਬਾਤ ਆਪਾਂ ਕਰਾਂਗੇ ਕਿ ਰੈਪ ਉਹ ਰੈਪ ਕਰਨ ਦੀ ਜਾਂ ਸਿੱਧੂ ਮੂਸੇਵਾਲੇ ਦੇ ਨਾਲ ਕੰਟਰੋਵਰਸੀ ਕਰਨ ਦੀ ਸਲਾਹ ਕਿਹਦੀ ਸੀ, ਤੁਹਾਡੀ ਆਪਣੀ ਸੀ ਜਾਂ ਕਿਸੇ ਨੇ ਦਿੱਤੀ? ਹਾਂਜੀ, ਸਲਾਹ ਤਾਂ ਕੰਪਨੀ ਵਾਲਿਆਂ ਦੇ ਇਹ, ਆਪਾਂ ਤਾਂ ਰੈਪ ਹੀ ਕਰਨਾ ਇਹ। ਹਾਂਜੀ ਹਾਂਜੀ, ਮਤਲਬ ਜਿਹੜੇ ਬੋਲ ਸੀਗੇ ਜੋ ਲਿਖਿਆ ਹੋਇਆ ਸੀਗਾ ਸਿੱਧੂ ਦੇ ਖਿਲਾਫ਼, ਤੁਹਾਨੂੰ ਪਤਾ ਸੀ ਵੀ ਸਿੱਧੂ ਦੇ ਖਿਲਾਫ਼ ਲਿਖੇ ਹੋਏ ਨੇ ਬੋਲ? ਹਾਂਜੀ, ਉਹ ਤਾਂ ਬੋਲ ਸੁਣ ਕੇ ਪਤਾ ਲੱਗਦਾ ਵੀ ਸਿੱਧੂ ਦੇ ਖਿਲਾਫ਼ ਹੈ। ਕਿਹਨੇ ਕਿਹਾ ਸੀਗਾ ਵੀ ਯਾਰ ਆਪਾਂ ਇਹ ਰੈਪ ਮਤਲਬ ਸਿੱਧੂ ਦੇ ਖਿਲਾਫ਼ ਕੰਟਰੋਵਰਸੀ ਕਰਨੀ? ਹਾਂਜੀ, ਕਿਹਾ ਤਾਂ ਇਹ ਪਤਾ ਨਹੀਂ ਹੁਣ ਕਿਹਨੇ ਸੋਚਿਆ, ਆਪਾਂ ਤਾਂ ਗਾਤਾ। ਹਾਂਜੀ, ਮਤਲਬ ਤੁਹਾਡਾ ਨਿੱਜੀ ਸਿੱਧੂ ਨਾਲ ਕੋਈ ਕੰਟਰੋਵਰਸੀ ਕਰਨ ਦਾ ਪ੍ਰੋਗਰਾਮ ਸੀ? ਹਾਂਜੀ, ਆਪਣਾ ਨਹੀਂ ਪ੍ਰੋਗਰਾਮ, ਆਪਣਾ ਤਾਂ ਗਾਉਣ ਦਾ ਪ੍ਰੋਗਰਾਮ ਹੈ ਕੰਪਨੀ ਵਾਲਾ। ਅੱਛਾ, ਫਿਰ ਉਹ ਕਹਿੰਦੇ ਨੇ ਵੀ ਫਟੇ 'ਚ ਟੰਗ ਅੜਾਉਣਾ, ਤੁਸੀਂ ਫਟੇ 'ਚ ਟੰਗ ਅੜਾਉਂਦੇ ਆਏ, ਹੋਰ ਵੀ ਤੁਸੀਂ ਕਈ ਕੰਟਰੋਵਰਸੀਆਂ ਕੀਤੀਆਂ ਲਾਈਕ ਸੰਘੇ ਨਾਲ ਕੀਤੀ। ਹਾਂਜੀ ਹਾਂਜੀ, ਹਰ ਵਾਰੀ ਕਿਹਦਾ ਦਿਮਾਗ ਹੁੰਦਾ ਸੀ? ਹਾਂਜੀ, ਹਰ ਵਾਰੀ ਦਿਮਾਗ ਤਾਂ ਕੰਪਨੀ ਵਾਲਿਆਂ ਦਾ ਹੁੰਦਾ ਇਹ, ਆਪਣਾ ਦਿਮਾਗ ਨਹੀਂ ਹੁੰਦਾ। ਦੋਸਤੋ, ਕੁਛ ਕੁ ਨਫ਼ਰਤ ਦਾ ਕਾਰਨ ਇਸ ਨੂੰ ਇਸ ਕਰਕੇ ਵੀ ਬਣਾ ਦਿੱਤਾ ਗਿਆ ਕਿਉਂਕਿ ਇਸ ਨੂੰ ਤਾਂ ਪਤਾ ਨਹੀਂ ਸੀ, ਹੈ ਨਾ, ਇੱਕ ਤਾਂ ਉਮਰ ਵੀ ਛੋਟੀ ਸੀ, ਉਸ ਤੋਂ ਬਾਅਦ ਇਹ ਖੁਦ ਵੀ ਦਾ ਸੁਭਾਅ ਇੱਕ ਮਤਲਬ ਬਹੁਤ ਜਿਵੇਂ ਆਪਾਂ ਕਹਿ ਦਿੰਦੇ ਹਾਂ, ਇੱਕ ਆਪਾਂ ਕਹਿ ਦਿੰਦੇ ਯਾਰ ਬੜਾ ਸਿੱਧਾ ਸੁਭਾਅ ਬੰਦੇ ਦਾ, ਇਹ ਬਹੁਤ ਬੜਾ ਸਿੱਧਾ ਸਾਦਾ ਮਤਲਬ ਕਿ ਦਿਲ ਦਾ ਬਿਲਕੁਲ ਸਾਫ਼ ਬੰਦਾ ਹੈ, ਪਰ ਇਸ ਨੂੰ ਜਾਣ ਬੁੱਝ ਕੇ ਕੰਟਰੋਵਰਸੀਆਂ ਦੇ ਵਿੱਚ ਫਸਾ ਕੇ ਹੀ ਲੋਕਾਂ ਦੀ ਜਿਹੜਾ ਨਫ਼ਰਤ ਦਾ ਕਾਰਨ ਬਣਾ ਦਿੱਤਾ ਗਿਆ। ਅੱਛਾ, ਹੁਣ ਕੀ ਡਿਸਪਿਊਟ ਹੋ ਗਿਆ, ਹੁਣ ਕੀ ਗੱਲਬਾਤ ਹੋ ਗਈ? ਹਾਂਜੀ,
ਹੁਣ ਤਾਂ ਕੋਈ ਗੱਲਬਾਤ ਨਹੀਂ ਹੋਈ, ਹੁਣ ਆਪਾਂ ਕੰਪਨੀ ਵਾਲਿਆਂ ਨੂੰ ਕਿਹਾ ਵਾ ਵੀ ਆਪਾਂ ਤੁਹਾਡੇ ਨਾਲ ਕੰਮ ਕਰਨਾ ਛੱਡਤਾ ਵਾ, ਉਧਰੋਂ ਜਵਾਬ ਮਿਲਦਾ ਆਪਾਂ ਨੂੰ ਮਿਲ ਗਿਆ ਵਾ, ਜਵਾਬ ਆਪਾਂ ਉਹਨਾਂ ਕੋਲ ਲੈ ਲੈਣਾ, ਆਪਾਂ ਨਵੀਂ ਕੰਪਨੀ ਨਾਲ ਸਾਈਨ ਹੋ ਗਏ ਆ, ਆਪਣਾ ਉਹਨਾਂ ਕੋਲ ਕਾਗਜ਼ ਪੱਤਰ ਲੈਣ ਵਾਲੇ ਉਹਨਾਂ ਕੋਲੋਂ, ਉਹ ਆਪਾਂ ਨੂੰ ਮਿਲ ਜਾਣੇ ਉਧਰੋਂ। ਹਾਂਜੀ ਅੱਛਾ, ਇੱਕ ਸੋਸ਼ਲ ਮੀਡੀਆ ਦੇ ਉੱਤੇ ਨਾ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਤੇ ਰਣਵੀਰ ਬਾਟ ਖੜੇ ਨੇ, ਰਣਵੀਰ ਬਾਟ ਉਹ ਕਹਿ ਰਹੇ ਨੇ ਵੀ ਇਹ ਸਾਡੇ ਨਾਲ ਜ਼ਿੰਦਗੀ ਭਰ ਰਹੂਗਾ, ਇਹਨੂੰ ਅਸੀਂ ਕਦੇ ਨਹੀਂ ਛੱਡਦੇ, ਉਹ ਵਾਅਦੇ ਕਿੱਧਰ ਗਏ? ਹਾਂਜੀ ਉਹਨਾਂ ਕਿਹਾ ਤਾਂ ਹੈਗਾ ਜ਼ਿੰਦਗੀ ਭਰ ਰਹੂਗਾ, ਪਰ ਉਹ ਤੋਂ ਬਾਅਦ ਉਹਨਾਂ ਫੋਨ ਨਹੀਂ ਚੁੱਕਿਆ। ਹਾਂਜੀ ਕੀ ਕਹਿ ਕੇ ਭੇਜਿਆ ਤੁਹਾਨੂੰ ਵਾਪਸ ਕਰ? ਹਾਂਜੀ ਮੈਨੂੰ ਆਂਦੇ ਇਹ ਆਪਣਾ 2-4 ਮਹੀਨੇ ਲਾਇਆ ਕਰੇ, 2-4 ਮਹੀਨੇ ਲਾਇਆ ਤੈਨੂੰ ਲੈ ਜਾਾਂਗੇ ਬਾਅਦ 'ਚ ਖੜਿਆ ਨਹੀਂ ਉਹਨਾਂ। ਅੱਛਾ, ਜਿਹੜਾ 62 ਬੈਸਟ ਸਟੂਡੀਓ ਦਾ ਚੈਨਲ ਹੈ, ਯੂਟਿਊਬ ਚੈਨਲ ਹੈ, ਉਹ ਕਿਹਦਾ ਹੈ? ਹਾਂਜੀ ਉਹ ਚੈਨਲ ਤਾਂ ਆਪਣਾ ਉਹਨਾਂ ਦਾ ਰਣਵੀਰ ਬਾਟ ਭਾਜੀ ਉਹਨਾਂ ਦਾ ਹੀ ਹੈ। ਹਾਂਜੀ ਅੱਛਾ, ਪਰ ਸ਼ੁਰੂਆਤ ਤੁਹਾਨੂੰ ਪਤਾ ਤੁਹਾਡੇ ਤੋਂ ਕੀਤੀ ਸੀ ਉਸ ਚੈਨਲ ਦੀ? ਹਾਂਜੀ ਸ਼ੁਰੂਆਤ ਤਾਂ ਚਲੋ ਆਪਣੇ ਤੋਂ ਹੋਈ। ਹਾਂਜੀ ਉਹਦੇ 'ਚ ਤੁਹਾਡਾ ਕਿੰਨੇ ਪਰਸੈਂਟ ਹਿੱਸਾ ਹੈ? ਹਾਂਜੀ ਆਪਣਾ ਹਿੱਸਾ ਤਾਂ ਉਹ ਫਿਰ ਕੰਪਨੀ ਨੂੰ ਪਤਾ ਆਪਾਂ ਕਿੰਨੇ ਪਰਸੈਂਟ ਹੈ, ਉਹ ਮਤਲਬ ਉਹ 'ਚ ਦੇਣਗੇ ਤੁਹਾਨੂੰ ਕੁਛ, ਕਿਉਂਕਿ ਉਹਦੇ 'ਚ ਤੁਹਾਡਾ ਹਿੱਸਾ ਤਾਂ ਹੋਣ ਬਣਦਾ, ਉਹ 'ਚ ਦੇਣਗੇ ਕੁਛ? ਕਿਹਾ ਉਹਨਾਂ ਨੇ ਵੀ ਅਸੀਂ ਚੈਨਲ 'ਚ ਕੁਛ ਦੇਵਾਂਗੇ? ਹਾਂਜੀ ਉਹ ਕਹਿੰਦੇ ਇਹ ਘਰ ਦਾ ਕੰਮ ਪੂਰਾ ਕਰਾ ਕੇ ਦੇਵਾਂਗੇ, ਮੰਤਰੀ ਦੀ ਕੋਠੀ ਪਾ ਕੇ ਦੇਵਾਂਗੇ, ਮੰਤਰੀ ਦਾ ਕੋਠੀ ਦਾ ਕੰਮ ਪੂਰਾ ਕਰਾ ਕੇ ਦੇਵਾਂਗੇ। ਉਹ ਕੋਠੀ ਦਾ ਕੰਮ ਅਜੇ ਅੱਧਾ ਰਹਿੰਦਾ ਵਿੱਚ ਛੱਡਿਆ ਪਿਆ ਵਾ, ਉਹ ਫਰਸ਼ਾਂ ਪਾਉਣ ਵਾਲੀਆਂ ਪਈਆਂ ਅਜੇ, ਅਜੇ ਟੈਂਕੀ ਲਾਉਣ ਵਾਲੀ ਪਈ, ਆਪਣਾ ਟੂੜੀਆਂ ਟਾੜੀਆਂ ਬਾਥਰੂਮਾਂ ਦਾ ਕੰਮ ਕਰਵਾਉਣ ਵਾਲਾ ਪਿਆ ਅਜੇ, ਉਹ ਕੰਮਾਂ ਤੇ ਪੂਰਾ ਕਰਾ ਕੇ ਦੇਵਾਂਗੇ, ਉਹ ਕਰਾਇਆ ਨਹੀਂ ਗਿਆ ਅਜੇ। ਯਾਨੀ 3-4 ਲੱਖ ਰੁਪਿਆ ਅਜੇ ਹੋਰ ਲੱਗਣਾ ਕੋਠੀ ਦੇ? ਹਾਂਜੀ ਲੱਗਣਾ ਅਜੇ 3-4 ਲੱਖ ਹੋਰ। ਅੱਛਾ ਸੋਨੀ ਮਾਨ ਜਦੋਂ ਤੁਸੀਂ ਹਿੱਟ ਸੀਗੇ, ਸੋਨੀ ਮਾਨ ਨਾਲ ਬੜੀਆਂ ਵੀਡੀਓ ਆਉਂਦੀਆਂ ਸੀ ਤੁਹਾਡੀਆਂ, ਬੜੀਆਂ ਰੀਲਾਂ ਚੱਲਦੀਆਂ ਸੀ ਟਿਕਟੋਕ 'ਤੇ ਵੀ, ਬੜਾ ਮਤਲਬ ਵਾਇਰਲ ਹੁੰਦੇ ਸੀ। ਹੁਣ ਜਦੋਂ ਤੁਹਾਡੀਆਂ ਇਹ ਤੁਸੀਂ ਉਸ ਦਿਨ ਕਵਾੜ ਦੀ ਵੀਡੀਓ ਆਈ ਸੀ ਤੁਹਾਡੀ, ਇਸ ਤਰ੍ਹਾਂ ਦੀਆਂ ਵੀਡੀਓ ਸੋਨੀ ਮਾਨ ਨੂੰ ਨੇ ਦੇਖੀਆਂ ਨਹੀਂ ਜਾਂ ਦੇਖ ਕੇ ਇਗਨੋਰ ਕੀਤਾ, ਜਾਂ ਫਿਰ ਸੋਨੀ ਮਾਨ ਦਾ ਕੋਈ ਫੋਨ ਆਇਆ ਤੁਹਾਡੇ ਕੋਲ? ਹਾਂਜੀ ਨਹੀਂ ਨਹੀਂ ਸੋਨੀ ਮਾਨ ਦਾ ਤਾਂ ਨਹੀਂ ਕੋਈ ਫੋਨ ਆਇਆ ਬੱਚਾ ਆਪਣੇ ਕੋਲ। ਅੱਛਾ ਹਾਂਜੀ ਮਤਲਬ ਉਸ ਟਾਈਮ 'ਚ ਤਾਂ ਬੜਾ ਜਦੋਂ ਤੁਸੀਂ ਮਤਲਬ ਕਿ ਜਦੋਂ ਤੁਹਾਡੇ ਤੋਂ ਕੰਮ ਲੈਂਦੇ ਸੀ, ਤੁਹਾਡੇ ਨਾਲ ਬੜੀਆਂ ਵੀਡੀਓ ਕਰਦੇ ਸੀ, ਉਹ ਤਾਂ ਮੇਰਾ ਭਾਈ ਭਾਈ ਜਦੋਂ ਜੋ ਵੀ ਰਿਸ਼ਤਾ ਤੁਹਾਡਾ ਬੜਾ ਮਤਲਬ ਪਿਆਰ ਜਿਤਾਉਂਦੇ ਸੀ, ਹੁਣ ਕੀ ਹੋ ਗਿਆ ਫਿਰ? ਹਾਂਜੀ ਹੁਣ ਤਾਂ ਪਤਾ ਨਹੀਂ ਕਿਉਂ ਨਹੀਂ ਫੋਨ ਚੁੱਕਦੇ, ਫੋਨ ਜਦੋਂ ਕਰੀਦਾ ਉਹ ਚੁੱਕਦੇ ਨਹੀਂ ਫੋਨ ਤਾਂ ਸੋਨੀ ਮਾਨ, ਮਤਲਬ ਵਰਤ ਕੇ ਛੱਡਤਾ। ਹਾਂਜੀ ਵਰਤ ਕੇ ਛੱਡਤਾ, ਉਹ ਸਾਰਿਆਂ ਨੂੰ ਪਤਾ। ਹਾਂਜੀ ਅੱਛਾ, ਫਿਰ ਹੁਣ ਅੱਗੇ ਦੀ ਕੀ ਪਲਾਨਿੰਗ ਹੈ? ਹਾਂਜੀ ਅੱਗੇ ਦੀ ਪਲੈਨਿੰਗ ਆਪਣੀ ਇਹ ਆ ਵੀ ਆਪਾਂ ਹੁਣ ਨਵੀਂ ਕੰਪਨੀ ਨਾਲ ਸਾਈਨ ਹੋ ਗਏ ਹਾਂ, ਜੌਲ ਬਾਜਵਾ ਪ੍ਰੋਡਕਸ਼ਨ ਨਾਲ। ਹਾਂਜੀ ਹਾਂਜੀ ਹੁਣ ਉਹਨਾਂ ਨਾਲ ਆਪਣੇ ਵਧੀਆ ਵਧੀਆ ਸੌਂਗ ਆ ਰਹੇ ਉਹਨਾਂ ਦੀ ਕੰਪਨੀ ਤੋਂ, ਆਪਣੇ ਵਧੀਆ ਵਧੀਆ ਆਪਣਾ ਛੋਟੇ ਛੋਟੇ ਫਿਲਮਾਂ ਆ ਰਹੀਆਂ ਆਪਣੀਆਂ, ਵਧੀਆ ਸੌਂਗ ਆ ਰਹੇ ਆ, ਹੁਣ ਸਾਰਿਆਂ ਨੇ ਵੱਧ ਤੋਂ ਵੱਧ ਜੌਲ ਬਾਜਵਾ ਪ੍ਰੋਡਕਸ਼ਨ ਨੂੰ ਸਪੋਰਟ ਕਰਿਓ, ਮਹਾਰਾਜ ਸਾਰਿਆਂ ਦਾ ਭਲਾ ਕਰੇ। ਜੀ ਬਿਲਕੁਲ ਦੋਸਤੋ, ਜਿਹੜਾ ਆਉਣ ਵਾਲਾ ਸਮਾਂ, ਅਗਰ ਕੋਈ ਵੀ ਮੁੱਖ ਮੰਤਰੀ ਦਾ ਗਾਣਾ ਆਉਂਦਾ ਜਾਂ ਕੋਈ ਵੀ ਵੀਡੀਓ ਆਉਂਦੀ ਹੈ ਜਾਂ ਕੋਈ ਵੀ ਸ਼ਾਰਟ ਮੂਵੀਆਂ ਵੀ ਕਰਨ ਜਾ ਰਹੇ ਨੇ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਜੌਲ ਬਾਜਵਾ ਪ੍ਰੋਡਕਸ਼ਨ ਦੇ ਉੱਤੇ ਹੀ ਯੂਟਿਊਬ ਚੈਨਲ ਹੈ, ਉਹਦੇ ਉੱਤੇ ਹੀ ਦੇਖਣ ਨੂੰ ਮਿਲਣਗੀਆਂ, ਸੋ ਅਗਰ ਮੁੱਖ ਮੰਤਰੀ ਨਾਲ ਜੁੜਨਾ ਤਾਂ ਤੁਸੀਂ ਉੱਥੇ ਜੁੜ ਸਕਦੇ ਹੋ। ਅੱਛਾ ਸੰਘਾ ਸਾਹਿਬ, ਮੈਂ ਸੁਣਿਆ ਵੀ ਕੋਈ ਫਿਲਮਾਂ ਵਗੈਰਾ ਵੀ ਕਰ ਰਹੇ ਹੋ ਤੁਸੀਂ? ਕਰਾਂਗੇ ਜੀ, ਹੁਣ ਕਿੱਦਣ ਕੋ ਕਰਾ ਦਾਂਗੇ ਮੈਂ ਤੇ ਮੁੱਖ ਮੰਤਰੀ ਸਾਹਿਬ, ਚੱਕ ਦਾਂਗੇ ਫਟੇ। ਨਹੀਂ ਹੁਣ ਅਸਲ ਦੇ ਵਿੱਚ ਨਾ ਕਹਿੰਦੇ ਵੀ ਜਿਹੜੇ ਨੂੰ ਦੁੱਧ ਤੋਂ ਸੇਕ ਲੱਗਿਆ ਹੁੰਦਾ ਉਹ ਲੱਸੀ ਨੂੰ ਫੂਕਾ ਮਾਰ ਮਾਰ ਕੇ ਪੀਂਦਾ, ਪਹਿਲਾਂ ਇਹਦੇ ਨਾਲ ਹੋ ਚੁੱਕਿਆ, ਤੁਸੀਂ ਕਿੱਥੇ ਕਿਤੇ ਖੜੇ ਹੋ ਇਹਦੇ ਨਾਲ? ਦੇਖੋ ਜੀ, ਮੈਂ ਮੁੱਖ ਮੰਤਰੀ ਸਾਹਿਬ, ਮੇਰੇ ਇਲਾਕੇ ਦਾ, ਮੇਰਾ ਸੰਘਾ ਪਿੰਡ ਅਤੇ ਇਹਦਾ ਪਿੰਡ ਦਾ ਕੋਈ ਫਰਕ ਨਹੀਂ, ਸਾਰਾ 4 ਕਿਲੋਮੀਟਰ ਆ, ਠੀਕ ਹੈ ਨਾ। ਚਲੋ ਮਾਝੀ ਵਾਲੇ ਕਈ ਲੋਕ ਕਰ ਜਾਂਦੇ ਆ, ਧੋਖਾ ਦਿੰਦੇ ਆ, ਆਪਾਂ ਧੋਖਾ ਦੇਣ ਵਾਲੇ ਨਹੀਂ ਅਰੇ। ਮੁੱਖ ਮੰਤਰੀ ਨੂੰ ਚੱਕ ਦਾਂਗੇ, ਕਿੱਦਣ ਕੋ ਕਰਾ ਦਾਂਗੇ, ਪਿੰਟ ਨਹੀਂ ਪਾਉਣੀ, ਸਾਰਾ ਕੁਛ ਨਹੀਂ ਪਾਊ, ਠੀਕ ਹੈ ਨਾ, ਚੱਕ ਦਾਂਗੇ, ਕੋਈ ਚਿੰਤਾ ਨਾ ਕਰੋ, ਜਿੱਦਣ ਕੋ ਉਦਣ ਕੋ ਕਰਾ ਦਾਂਗੇ। ਮਤਲਬ ਆਉਣ ਵਾਲੇ ਸਮੇਂ 'ਚ ਫਿਰ ਤੋਂ ਮੁੱਖ ਮੰਤਰੀ ਇਸ ਲੈਣ ਦੇ ਵਿੱਚ ਗਰੋ ਕਰਨ ਜਾ ਰਿਹਾ? ਪੂਰਾ ਕਰਾਂਗੇ ਜੀ, ਪੂਰੇ ਗੀਤ ਆਉਣਗੇ ਸਾਡੇ, ਪੂਰੀਆਂ ਫਿਲਮਾਂ ਆਉਣਗੀਆਂ। ਅੱਛਾ ਮੰਤਰੀ ਸਾਹਿਬ, ਜਿਹੜੇ ਸਿੱਧੂ ਮੂਸੇਵਾਲ ਦੇ ਫੈਨ ਤੁਹਾਨੂੰ ਮਤਲਬ ਗਲਤ ਕਹਿੰਦੇ ਸੀ, ਕਿਉਂਕਿ ਬਣਦਾ ਵੀ ਸੀ ਤੁਸੀਂ ਹੈ ਨਾ ਸਿੱਧੂ ਦੇ ਖਿਲਾਫ ਬੋਲੇ ਸੀਗੇ, ਹੁਣ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵੀ ਜਿਹੜਾ ਤੁਸੀਂ ਰੈਪ ਕੀਤਾ ਸੀ ਉਹਦੇ ਬਾਰੇ? ਹਾਂਜੀ ਹਾਂਜੀ ਆਪਣਾ ਵੀਰ ਜੀ, ਸਿੱਧੂ ਮੂਸੇਵਾਲ ਨਾਲ ਆਪਣਾ ਤਾਂ ਕੋਈ ਰੌਲਾ ਨਹੀਂ, ਸਿੱਧੂ ਮੂਸੇ ਨਾਲ ਰੌਲਾ ਤਾਂ ਉਹਨਾਂ ਕੰਪਨੀ ਵਾਲੇ, ਕੰਪਨੀ ਦੇ ਮਾਲਕਾਂ ਦਾ ਹੈ, ਕੰਪਨੀ ਦਾ ਰੌਲਾ ਸਿੱਧੂ ਮੂਸੇ ਨਾਲ। ਆਪਾਂ ਸਿੱਧੂ ਬਾਰੇ ਆਪਾਂ ਨਹੀਂ ਮਾੜਾ ਚਾਹੁੰਦੇ, ਉਹ ਸਿੱਧੂ ਬਾਰੇ ਫਿਰ ਕੰਪਨੀ ਨੇ ਜੋ ਲਿਖ ਕੇ ਦਿੱਤਾ ਆਪਾਂ ਸਿੱਧੂ ਬਾਰੇ ਬੋਲਤਾ। ਹਾਂਜੀ
ਬਿਲਕੁਲ ਦੋਸਤੋ, ਕਿਉਂਕਿ ਅੱਜ ਫਿਰ ਤੋਂ ਇੱਕ ਵਾਰ ਹੈ ਨਾ ਮਾੜਾ ਸਮਾਂ ਮੁੱਖ ਮੰਤਰੀ 'ਤੇ ਆਇਆ। ਚਲੋ ਪਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ, ਪਰ ਦੋਸਤੋ ਗੁਜ਼ਾਰਿਸ਼ ਕਰਾਂਗੇ ਕਿ ਕਿਸੇ ਤਰ੍ਹਾਂ ਦੀ ਜਿਹੜੀ ਮੁੱਖ ਮੰਤਰੀ ਨਾਲ ਕੋਈ ਖੁੰਦਕ ਨਾ ਰੱਖੀ ਜਾਵੇ, ਵੀ ਪਹਿਲਾਂ ਇਹਨੇ ਸਿੱਧੂ ਦੇ ਖਿਲਾਫ਼ ਜਾਂ ਸਿੰਘੇ ਦੇ ਖਿਲਾਫ਼ ਕੋਈ ਗਾਣਾ ਕਰਿਆ ਸੀ, ਕਿਉਂਕਿ ਉਹ ਇਹਦੇ ਆਪਣੇ ਸ਼ਬਦ ਨਹੀਂ ਸੀਗੇ। ਸੋ ਇਹਦੀ ਹੈਲਪ ਜ਼ਰੂਰ ਕੀਤੀ ਜਾਵੇ, ਇਹਦੀਆਂ ਵੀਡੀਓਜ਼ ਨੂੰ ਲਾਈਕ ਸ਼ੇਅਰ ਪਹਿਲਾਂ ਵਾਂਗੂ ਪਿਆਰ ਜ਼ਰੂਰ ਬਖਸ਼ਿਆ ਜਾਵੇ। ਅੱਛਾ, ਬੇਨਤੀ ਹੈ ਵੀ ਹੈ ਨਾ ਜਿਵੇਂ ਸਿੱਧੂ ਮੂਸੇ ਵਾਲੇ ਬਾਈ ਕਰਕੇ ਹੈ ਨਾ ਆਪਾਂ ਕਹਿੰਦੇ ਸੀ ਵੀ ਇਹਨੂੰ ਖਿਲਾਫ਼ ਗਾਣਾ ਗਾਇਆ ਤਾਂ ਉਹ ਇਹਦਾ ਗਾਣਾ ਨਹੀਂ ਸੀ। ਮੈਂ ਫਿਰ ਤੋਂ ਗੁਜ਼ਾਰਿਸ਼ ਕਰਦਾ ਵੀ ਉਹ ਚੀਜ਼ ਨੂੰ ਭੁਲਾ ਦਿੱਤਾ ਜਾਵੇ, ਮਾੜਾ ਸਮਾਂ ਆਇਆ ਵੀਰ 'ਤੇ ਇਹਦੇ ਨਾਲ ਖੜਨ ਦਾ ਹੱਕ ਬਣਦਾ। ਸੋ ਦੋਸਤੋ, ਇਸ ਵੀਡੀਓ ਦੇ ਵਿੱਚ ਇੰਨੀ ਮਿਲਦੇ ਆ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ। ਮਿਹਨਤ ਮੇਰੀ, ਰਹਿਮਤ ਖੁਦਾ ਦੀ। ਮੁਸਲਮਾਨ ਦੀ ਰੂਹਾਨੀਅਤ ਤੇ ਗੱਲ ਇਲਮ ਦੇ ਮਾਹਰ, ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ। 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ ਵਿਦੇਸ਼ 'ਚ ਪੱਕਾ ਹੋਣਾ, ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ। ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ। ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ ਬਾਬਾ ਖਾਨ ਬੰਗਾਲੀ, 99155 58934।